ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰ 19 ਔਰ ਮੈਂ ਹਾਂ ਸ਼ਰਨਜੀਤ ਬੈਂਸ। ਅੱਜ ਅਸੀਂ ਖੜ੍ਹੇ ਹਾਂ ਬਾਰਡਰ ਦੇ ਇੱਕ ਸ਼ਹਿਰ ਦੇ ਫਿਰੋਜ਼ਪੁਰ ਦੇ ਵਿਖੇ, ਜਿੱਥੇ ਅਸੀਂ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ। ਬਾਰਾਂ ਸਤੰਬਰ 1897 ਨੂੰ ਇਹ ਲੜਾਈ ਸਾਰਾਗੜ੍ਹੀ ਵਿਖੇ ਲੜੀ ਗਈ ਸੀ 36 ਸਿੱਖ ਰੈਜੀਮੈਂਟ ਦੇ ਨਾਲ, ਜਿਹੜੀ ਹੁਣ ਕਿ 4 ਸਿੱਖ ਰੈਜੀਮੈਂਟ ਦੇ ਨਾਂ ਤੋਂ ਜਾਣੀ ਜਾਂਦੀ ਹੈ। ਸਾਰਾਗੜ੍ਹੀ ਇੱਕ ਪਾਕਿਸਤਾਨ ਦੇ ਵਿੱਚ ਪਿੰਡ ਹੈ ਜਿੱਥੇ ਇਹ ਲੜਾਈ ਲੜੀ ਗਈ ਬ੍ਰਿਟਿਸ਼ ਵੱਲੋਂ, ਔਰ 36 ਸਿੱਖ ਰੈਜੀਮੈਂਟ ਦੇ ਜਿਹੜੇ 21 ਸੋਲਜਰ ਸੀ ਉਹ ਸ਼ਹੀਦ ਹੋ ਗਏ ਸੀ ਉੱਥੇ। ਉਹ ਫਿਰੋਜ਼ਪੁਰ ਨੂੰ ਬਿਲੋਂਗ ਕਰਦੇ ਸੀ ਔਰ ਇੱਥੇ ਆ ਕੇ ਫਿਰ ਵਾਇਸ ਰਾਏ, ਜਿਹੜੇ ਬ੍ਰਿਟਿਸ਼ ਦੇ ਵਾਇਸ ਰਾਏ ਸੀ, ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਫਿਰੋਜ਼ਪੁਰ 'ਚ ਸਥਾਪਿਤ ਕੀਤਾ ਸੀ। ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ 36 ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਵਜੀਰ ਸਤਾਨ ਵਿੱਚ ਸਾਰਾਗੜ੍ਹੀ ਕਿਲ੍ਹੇ ਦੇ ਬਚਾਅ ਵਿੱਚ ਸ਼ਹੀਦੀ ਦਿੱਤੀ, ਜਦੋਂ 10,000 ਪਠਾਨਾਂ ਦੇ ਹਮਲੇ ਤੋਂ ਕਿਲ੍ਹੇ ਦਾ ਬਚਾਅ ਕਰ ਰਹੇ ਸਨ। ਫਿਰੋਜ਼ ਸ਼ਾਹ ਵਿਖੇ 36 ਸਿੱਖ ਰੈਜੀਮੈਂਟ ਦੀ ਸਥਾਪਨਾ 8 ਅਪ੍ਰੈਲ 1887 ਨੂੰ ਹੋਈ ਸੀ। ਕਰਨਲ ਕੁੱਕ ਦੀ ਕਮਾਂਡ ਹੇਠ ਜਨਵਰੀ 1897 ਨੂੰ ਰੈਜੀਮੈਂਟ ਫੋਰਟ ਨਾਲ ਲੋਕ ਹਾਰਡ ਵਿਖੇ ਭੇਜੀ ਗਈ, ਜਿਸ ਦੀਆਂ ਸਾਰਾਗੜ੍ਹੀ ਅਤੇ ਗੁਲਸਤਾਨ ਮਸ਼ਹੂਰ ਚੌਂਕੀਆਂ ਸਨ। ਸਤੰਬਰ 12 ਨੂੰ ਲਗਭਗ 10,000 ਪਠਾਨਾਂ ਨੇ ਸਾਰਾਗੜ੍ਹੀ ਤੋਂ 1,000 ਕਦਮ ਦੇ ਫਾਸਲੇ 'ਤੇ ਘੇਰਾਬੰਦੀ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉੱਥੇ ਸਿਰਫ 21 ਜਵਾਨ ਕਿਲ੍ਹੇ ਦੇ ਵਿੱਚ ਸਨ, ਜਿਨ੍ਹਾਂ ਨੇ ਜੁਆਬੀ ਫਾਇਰ ਕੀਤੀ ਕਿਉਂਕਿ ਬਾਹਰੀ ਮਦਦ ਸੰਭਵ ਨਹੀਂ ਸੀ। ਸਿਪਾਹੀ ਗੁਰਮੁਖ ਸਿੰਘ ਨੇ ਹੋਲੋਗ੍ਰਾਫ ਰਾਹੀਂ ਆਪਣੇ ਕਮਾਂਡਰ ਕਰਨਲ ਨੋਗਟਨ ਨੂੰ ਸੂਚਿਤ ਕੀਤਾ, ਕਿਲ੍ਹੇ 'ਤੇ ਦੁਸ਼ਮਣ ਨੇ ਹਮਲਾ ਕਰ ਦਿੱਤਾ। ਕਮਾਂਡਰ ਦੇ ਹੁਕਮ ਨਾਲ ਇਹਨਾਂ ਜਵਾਨਾਂ ਨੇ ਜਵਾਬੀ ਫਾਇਰ ਦੇ ਵਿੱਚ ਰੱਖਿਆ ਕੀਤੀ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰ 19 ਔਰ ਮੈਂ ਹਾਂ ਸ਼ਰਨਜੀਤ ਬੈਂਸ। ਅੱਜ ਅਸੀਂ ਖੜ੍ਹੇ ਹਾਂ ਬਾਰਡਰ ਦੇ ਇੱਕ ਸ਼ਹਿਰ ਦੇ ਫਿਰੋਜ਼ਪੁਰ ਦੇ ਵਿਖੇ, ਜਿੱਥੇ ਅਸੀਂ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ। 12 ਸਤੰਬਰ 1897 ਨੂੰ ਇਹ ਲੜਾਈ ਸਾਰਾਗੜ੍ਹੀ ਵਿਖੇ ਲੜੀ ਗਈ ਸੀ 36 ਸਿੱਖ ਰੈਜੀਮੈਂਟ ਦੇ ਨਾਲ, ਜਿਹੜੀ ਹੁਣ ਕਿ 4 ਸਿੱਖ ਰੈਜੀਮੈਂਟ ਦੇ ਨਾਂ ਤੋਂ ਜਾਣੀ ਜਾਂਦੀ ਹੈ। ਸਾਰਾਗੜ੍ਹੀ ਇੱਕ ਪਾਕਿਸਤਾਨ ਦੇ ਵਿੱਚ ਪਿੰਡ ਹੈ ਜਿੱਥੇ ਇਹ ਲੜਾਈ ਲੜੀ ਗਈ ਬ੍ਰਿਟਿਸ਼ ਵੱਲੋਂ, ਔਰ 36 ਸਿੱਖ ਰੈਜੀਮੈਂਟ ਦੇ ਜਿਹੜੇ 21 ਸਿਪਾਹੀ ਸੀ, 21 ਸੋਲਜਰ ਸੀ, ਉਹ ਸ਼ਹੀਦ ਹੋ ਗਏ ਸੀ ਉੱਥੇ। ਉਹਨਾਂ ਵਿੱਚੋਂ ਕੁਝ ਜਿਹੜੇ ਸਿਪਾਹੀ ਸੀ, ਸੋਲਜਰ ਸੀ 36 ਸਿੱਖ ਰੈਜੀਮੈਂਟ ਦੇ, ਉਹ ਫਿਰੋਜ਼ਪੁਰ ਨੂੰ ਬਿਲੋਂਗ ਕਰਦੇ ਸੀ, ਔਰ ਇੱਥੇ ਆ ਕੇ ਫਿਰ ਵਾਇਸ ਰਾਏ, ਜਿਹੜੇ ਬ੍ਰਿਟਿਸ਼ ਦੇ ਵਾਇਸ ਰਾਏ ਸੀ, ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਫਿਰੋਜ਼ਪੁਰ 'ਚ ਸਥਾਪਿਤ ਕੀਤਾ ਸੀ।